ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਮਰੀਤ ਬਾਜਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਛ ਦਿਨ ਪਹਿਲਾਂ KCGC TV ਨੇ ਇੱਕ ਕੰਪੀਟੀਸ਼ਨ ਅਨਾਊਂਸ ਕੀਤਾ ਸੀ, ਫੋਕ ਸਿੰਗਿੰਗ ਕੰਪੀਟੀਸ਼ਨ। ਸਾਨੂੰ ਬਹੁਤ ਵਧੀਆ ਐਂਟਰੀਜ਼ ਆਈਆਂ, ਬੱਚਿਆਂ ਨੇ ਬਹੁਤ ਹੀ ਸੋਹਣਾ ਪਰਫਾਰਮ ਕੀਤਾ। ਹੁਣ ਅਸੀਂ ਥੋੜ੍ਹੇ ਦਿਨਾਂ ਤੱਕ ਉਹਨਾਂ ਬੱਚਿਆਂ ਨੂੰ ਸੱਦਾਂਗੇ, ਉਹਨਾਂ ਨੂੰ ਅਵਾਰਡਸ ਵੀ ਦੇਵਾਂਗੇ। ਪਰ ਇਸ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸਦਾ ਕਿ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਕੰਪੀਟੀਸ਼ਨ ਲੈ ਕੇ ਆਈ ਹਾਂ। ਹਾਂਜੀ, ਪਹਿਲਾਂ ਹੀ ਦੱਸ ਦਿੰਦੀ ਹਾਂ ਕਿ ਇਹ ਕੰਪੀਟੀਸ਼ਨ ਵੀ ਸਕੂਲਸ ਹੈ, ਯਾਨੀ ਇਹ ਇੰਟਰ ਸਕੂਲ ਕੰਪੀਟੀਸ਼ਨ ਆ। ਸੋ ਜਿਹੜੇ ਸਕੂਲਸ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਆਉਂਦੇ ਨੇ, ਸਿਰਫ ਉਹੀ ਸਕੂਲਸ ਦੇ ਸਟੂਡੈਂਟਸ ਇਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਨੇ। ਸੋ ਕੰਪੀਟੀਸ਼ਨ ਹੈ ਜੀ ਫਾਈਨ ਆਰਟ ਕੰਪੀਟੀਸ਼ਨ। ਸੋ ਸਭ ਤੋਂ ਪਹਿਲਾਂ ਕੰਪੀਟੀਸ਼ਨ ਇਹਦੇ ਵਿੱਚ ਆਉਂਦਾ ਹੈ ਜੀ ਰੰਗੋਲੀ ਦਾ। ਸੋ ਰੰਗੋਲੀ ਤੁਹਾਨੂੰ ਸਾਰਿਆਂ ਨੂੰ ਪਤਾ, ਇਹਦਾ ਜੋ ਸਾਈਜ਼ ਅਸੀਂ ਰੂਲਸ ਦੇ ਅਕੋਰਡਿੰਗ ਰੱਖਿਆ ਹੈ ਉਹ ਹੈ ਜੀ 5x5 ਦਾ। ਯਾਨੀ ਕਿ ਤੁਹਾਡੀ ਰੰਗੋਲੀ ਜਿਹੜੀ ਹੈ ਉਹਦਾ ਸਾਈਜ਼ 5x5 ਤੋਂ ਘੱਟ ਹੋ ਸਕਦਾ ਹੈ, ਪਰ ਵੱਧ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਇਸ ਰੰਗੋਲੀ ਨੂੰ ਬਣਾ ਰਹੇ ਹੋਵੋਗੇ ਤਾਂ ਤੁਸੀਂ ਆਪਣੀ ਇੱਕ ਵੀਡੀਓ ਬਣਾਉਣੀ ਆ, ਅਤੇ ਰੰਗੋਲੀ ਬਣਾਉਣ ਤੋਂ ਬਾਅਦ ਇੱਕ ਫੋਟੋ ਵੀ ਖਿੱਚਣੀ ਉਸ ਰੰਗੋਲੀ ਦੀ। ਇੱਕ ਰੰਗੋਲੀ ਦੀ ਫੋਟੋ ਉਸਦੀ ਖਿੱਚਣੀ ਹੈ, ਇੱਕ ਆਪ ਨਾਲ ਬਹਿ ਕੇ ਵੀ ਫੋਟੋ ਖਿੱਚਣੀ ਹੈ। ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਵੀਡੀਓ ਬਣਾਉਣ ਲੱਗੇ ਤੁਹਾਡਾ ਜਿਹੜਾ ਮੋਬਾਈਲ ਫੋਨ ਆ ਉਹ ਪੋਰਟਰੇਟ ਮੋਡ ਵਿੱਚ ਹੋਵੇ। ਦੂਜਾ ਕੰਪੀਟੀਸ਼ਨ ਹੈ ਜੀ ਬੈਸਟ ਆਊਟ ਆਫ ਵੇਸਟ, ਯਾਨੀ ਕਿ ਵੇਸਟ ਮਟੀਰੀਅਲ ਤੋਂ ਤੁਸੀਂ ਕੁਝ ਕ੍ਰੀਏਟ ਕਰਨਾ। ਸੋ ਤੁਹਾਡੀ ਕ੍ਰੀਏਟੀਵਿਟੀ ਅਸੀਂ ਦੇਖਾਂਗੇ ਕਿ ਤੁਸੀਂ ਵੇਸਟ ਮਟੀਰੀਅਲ ਤੋਂ ਕੀ ਕੀ ਤਿਆਰ ਕਰ ਸਕਦੇ ਹੋ। ਇਹਦੇ ਰੂਲਸ ਦੇ ਵਿੱਚ ਅਸੀਂ ਕੋਈ ਮਾਇਰਮੈਂਟ ਨਹੀਂ ਰੱਖੀ, ਕਿਉਂਕਿ ਦੈਟਸ ਅਪ ਟੂ ਯੂ ਕਿ ਤੁਸੀਂ ਕੀ ਕ੍ਰੀਏਟ ਕਰਦੇ ਹੋ। ਤੀਜਾ ਕੰਪੀਟੀਸ਼ਨ ਜੋ ਫਾਈਨ ਆਰਟ ਦੇ ਅੰਡਰ ਆਉਂਦਾ ਹੈ ਜੀ ਉਹ ਹੈ ਵਾਲ ਔਰ ਡੋਰ ਹੈਂਗਿੰਗ। ਸੋ ਇਹਦੇ ਵਿੱਚ ਵੀ ਅਸੀਂ ਕੋਈ ਫਿਕਸਡ ਮਾਇਰਮੈਂਟ ਜਾਂ ਰੂਲਸ ਨਹੀਂ ਰੱਖੇ। ਬਸ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਹਨਾਂ ਤਿੰਨਾਂ ਕੰਪੀਟੀਸ਼ਨਸ ਦੀਆਂ ਤੁਸੀਂ ਕੰਮ ਕਰਦੇ ਵਕਤ, ਇਹਨਾਂ ਨੂੰ ਬਣਾਉਂਦੇ ਵਕਤ ਇਹਨਾਂ ਦੀ ਵੀਡੀਓ ਜ਼ਰੂਰ ਬਣਾਉਣੀ ਆ, ਅਤੇ ਐਂਡ 'ਤੇ ਇੱਕ ਫੋਟੋ ਜ਼ਰੂਰ ਖਿੱਚਣੀ ਆ। ਅਤੇ ਉਹ ਵੀਡੀਓਜ਼ ਅਤੇ ਉਹ ਫੋਟੋਜ਼ ਤੁਸੀਂ ਆਪਣੇ ਕੰਸਰਟ ਟੀਚਰ ਜੋ ਤੁਹਾਡੇ ਸਕੂਲ ਦੇ ਟੀਚਰਸ ਇਹਨਾਂ ਨੂੰ ਸੈਂਡ ਕਰਨੀਆਂ ਨੇ, ਅਤੇ ਹਰ ਸਕੂਲ ਦੇ ਵਿੱਚੋਂ ਇੱਕ ਪਾਰਟੀਸੀਪੈਂਟ ਆਪਣੇ ਸਕੂਲ ਨੂੰ ਰੀਪ੍ਰਜੈਂਟ ਕਰੂਗਾ। ਸੋ ਇਹਦੀ ਲਾਸਟ ਡੇਟ ਹੈ ਜੀ 24 ਨਵੰਬਰ। ਮੈਂ ਫਿਰ ਇੱਕ ਵਾਰੀ ਤੁਹਾਨੂੰ ਦੱਸਦਾ ਕਿ ਵੀਡੀਓ ਤੁਸੀਂ ਪੋਰਟਰੇਟ ਮੋਡ ਦੇ ਉੱਤੇ ਬਣਾਉਣੀ ਆ, ਅਤੇ ਕੋਸ਼ਿਸ਼ ਕਰਿਓ ਕਿ ਵੀਡੀਓ ਜਿਹੜੀ ਕਲੈਰਿਟੀ ਹੈ ਨਾ ਉਹ ਬਹੁਤ ਸੋਹਣੀ ਹੋਏ। ਸੋ ਅਸੀਂ ਵੇਟ ਕਰਾਂਗੇ ਤੁਹਾਡੀ ਵੀਡੀਓ ਦਾ, ਅਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਤੁਹਾਨੂੰ ਕੁਐਰੀ ਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਹਨੂੰ ਮੈਂਸ਼ਨ ਵੀ ਕਰ ਸਕਦੇ ਹੋ। ਸੋ ਜਲਦੀ ਮਿਲਦੇ ਹਾਂ ਜੀ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੀਂ ਵੀਡੀਓ ਦੇ ਨਾਲ। ਉਹਦੇ ਤੱਕ ਵੇਖਦੇ ਰਹੋ ਤੁਹਾਡਾ ਆਪਣਾ KCGC TV।